ਜਦੋਂ ਬ੍ਰਿਟਿਸ਼ ਆਏ ਤਾਂ ਪ੍ਰਭਾਵ ਸਾਡੇ 'ਤੇ ਪਹਿਰਾਵੇ 'ਤੇ ਖਾਣ ਪਾਣ 'ਤੇ ਉਹ ਤਾਂ ਪਿਆ ਹੀ, ਪਰ ਉਹਦੀ ਜਿਹੜੀ ਮਾਰਕੀਟ ਸੀ ਉਹ ਮਾਰਕੀਟ ਸਾਡੇ ਇੱਥੇ ਵੀ ਡਿਵੈਲਪ ਹੋਈ ਜਾਂ ਬਾਹਰੋਂ ਹੀ ਸਾਰਾ ਕੁਛ ਆਉਂਦਾ ਸੀ? ਜਿਵੇਂ ਵੈਸਟਰਨਾਈਜੇਸ਼ਨ ਕਹਿ ਲਓ ਕਿ ਲੋਕਾਂ ਨੇ ਕੋਟ ਵੀ ਲੈਣੇ ਸੀ, ਸਪੈਂਟ ਵੀ ਲੈਣੇ ਸੀਗੇ ਜਾਂ ਕੱਪੜੇ ਵੀ ਲੈਣੇ ਸੀਗੇ, ਤਾਂ ਇਹ ਵੀ ਹੋਇਆ ਕਿ ਕਿੱਥੋਂ ਲੈਣ। ਫਿਰ ਹੌਲੀ ਹੌਲੀ ਇਹ ਦੁਕਾਨਾਂ ਖੁੱਲੀਆਂ। ਇਹਦੇ ਵਿੱਚ ਮੈਂ ਕਮ ਬੈਕ ਟੂ ਐਮਿਲੀ ਈਡਨ, 1838 ਵਿੱਚ ਉਹਨੇ ਇੱਕ ਮੈਨਸ਼ਨ ਕੀਤਾ ਆਪਣੀ ਬੁੱਕ ਨੇ, ਲੈਟਰਸ ਟੂ ਹਰ ਸਿਸਟਰ ਹੈ ਜਿਹੜੀ ਇਨ ਦਾ ਫੋਰਮ ਆਫ ਅਪ ਦਾ ਕੰਟਰੀ ਪਬਲਿਸ਼ ਹੋਈ ਹੈ। ਉਹਨੇ ਲਿਖਿਆ ਕਿ ਹੁਣ ਤਾਂ ਇੱਕ ਸਿਮਲੇ ਵਿੱਚ ਸ਼ੋਪ ਖੁੱਲ੍ਹ ਗਈ ਹੈ, ਤਾਂ ਸਾਨੂੰ ਸਾਰਾ ਕੁਛ ਬਾਹਰੋਂ ਲਿਆਉਣ ਦੀ ਨਹੀਂ ਲੋੜ। ਸੋ ਦੈਟ ਵਾਸ ਪ੍ਰੋਬਬਲੀ ਦਾ ਫਸਟ ਸ਼ੋਪ ਦੈਟ ਓਪਨ। ਉਹ ਬ੍ਰਿਟਿਸ਼ਰਸ ਦੀ ਸ਼ੋਪ ਸੀਗੀ ਜਿਹਦੇ ਵਿੱਚ ਸਾਰਾ ਕੁਛ ਉਹ ਜੋ ਯੂਰੋਪੀਅਨਸ ਨੂੰ ਲੋੜ ਸੀਗੀ ਇੱਥੇ ਰਹਿਣ ਲਈ, ਉਹ ਜੋ ਵੀ ਸੀਗਾ ਉਹ ਉੱਥੇ ਵੇਚਦੇ ਸੀਗੇ। ਪਰ ਹੌਲੀ ਹੌਲੀ ਹੋਰ ਵੀ ਦੁਕਾਨਾਂ ਹੋਈਆਂ, ਖੁੱਲ੍ਹੀਆਂ। ਪਰ ਇੱਕ ਕੋਨਸੈਪਟ ਹੋਰ ਆਇਆ, ਜਿਵੇਂ ਅੱਜ ਕੱਲ੍ਹ ਹੈਗਾ ਆ ਡਿਪਾਰਟਮੈਂਟ ਸਟੋਰ ਦਾ, ਉਹ ਕੋਨਸੈਪਟ ਵੀ ਬ੍ਰਿਟਿਸ਼ਰਸ ਦੇ ਟਾਈਮ ਵਿੱਚ ਆਇਆ ਔਰ ਵੱਡੇ ਵੱਡੇ ਸ਼ੋਪਸ ਖੁੱਲ੍ਹੇ, ਜਿਵੇਂ ਕਿ ਇੱਕ ਆਰਮੀ ਨੇਵੀ ਸਟੋਰ ਸੀਗਾ, ਇਹਦੇ ਵਿੱਚ ਉਹ ਕੈਟਾਲੋਗ ਵੀ ਸੀਗਾ ਉਹਨਾਂ ਦਾ। ਉਹਦੇ ਵਿੱਚ ਹਰ ਇੱਕ ਕੋਨਸੈਪਟ ਇਹ ਸੀਗਾ ਕਿ ਹਰ ਇੱਕ ਸ਼ੋਪ ਵਿੱਚ ਉਹੋ ਹੀ ਚੀਜ਼ ਵੇਚੀ ਜਾਏਗੀ ਔਰ ਉਹੋ ਹੀ ਹਰ ਇੱਕ ਬ੍ਰਾਂਚ ਵਿੱਚ ਉਹੀ ਚੀਜ਼ ਵੇਚੀ ਜਾਏਗੀ ਔਰ ਸੇਮ ਪ੍ਰਾਈਸ 'ਤੇ। ਸੋ ਉਹਨਾਂ ਨੇ ਹਰ ਇੱਕ ਦੇਸ਼ ਓਪਨ ਬ੍ਰਾਂਚਿਸ ਆਲ ਓਵਰ ਇੰਡੀਆ, ਸ਼ਿਮਲਾ ਵਿੱਚ ਵੀ ਸੀਗੀ ਉਹ ਬ੍ਰਾਂਚ। ਫਿਰ ਜਿਹੜੇ ਫੇਮਸ ਟੇਲਰ ਸੀਗੇ, ਰੈਨਕਿਨ ਟੇਲਰ, ਫੈਲਪਸ, ਉਹ ਸਭ ਵੀ ਉਹ ਵੀ ਫਰਕ ਜਿਵੇਂ ਸ਼ਿਮਲਾ, ਲਾਹੌਰ, ਅੰਮ੍ਰਿਤਸਰ, ਇਹ ਵੀ ਬ੍ਰਾਂਚਿਸ ਇਹਨਾਂ ਦੀਆਂ ਹੋਈਆਂ, ਦੇ ਓਪਨ ਮੈਨੀ ਬ੍ਰਾਂਚਿਸ। ਇੱਕ ਗੱਲ ਇਹ ਵੀ ਆ ਕਿ ਇਹ ਕੱਪੜੇ ਬਣਾਉਂਦੇ ਸੀਗੇ, ਸੂਟਸ, ਵੈਸਟਰਨ, ਅਚਕਨਸ, ਇਹ ਸਭ ਬਣਾਉਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ। ਫੋਰ ਲੇਡੀਜ਼ ਲਈ ਬਾਹਰੋਂ ਜਿਹੜਾ ਕੱਪੜਾ ਆਉਂਦਾ ਸੀਗਾ ਉਹ ਵੀ ਉਹਨਾਂ ਦੀ, ਕੋਈ ਲੇਡੀਜ਼ ਕੋਟ ਵੀ ਪਾਉਂਦੀਆਂ ਸੀ, ਉਹ ਸਭ ਵੀ ਬਣਾਉਣੇ ਸ਼ੁਰੂ ਕੀਤੇ। ਇੱਕ ਥੋੜ੍ਹਾ ਇਸ ਬਾਰੇ ਦੱਸੋ ਕਿ ਜਦੋਂ ਅੰਗਰੇਜ਼ ਆਏ, ਠੀਕ ਹੈ ਉਹਨਾਂ ਦਾ ਪਹਿਰਾਵਾ ਸੀ ਉਹਦਾ ਸਾਡੇ 'ਤੇ ਪ੍ਰਭਾਵ ਪਿਆ, ਉਹਨਾਂ ਦੇ ਖਾਣ ਪਾਣ, ਹੋਰ ਰੰਗ ਢੰਗ, ਪਰ ਉਹਦੇ ਲਈ ਸਭ ਤੋਂ ਜਿਹੜਾ ਇੰਪੋਰਟੈਂਟ ਪਾਰਟ ਹੈ ਉਹ ਹੈ ਮਾਰਕੀਟਿੰਗ। ਮਤਲਬ ਜਿਹੜੀ ਉਹ ਮਾਰਕੀਟ ਹੈ ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਡਿਵੈਲਪ ਹੋਈ ਜਾਂ ਉਹਦਾ ਸਾਰਾ ਸਮਾਨ ਬਾਹਰੋਂ ਹੀ ਆਉਂਦਾ ਸੀ? ਸੋ ਪਹਿਲਾਂ ਉਹ ਬਾਹਰੋਂ ਆਉਂਦਾ ਸੀ, ਫਿਰ ਪੰਜਾਬ ਵਿੱਚ ਡਿਵੈਲਪ ਕੀ ਹੋਈ ਹੌਲੀ ਹੌਲੀ, ਆਲ ਓਵਰ ਇੰਡੀਆ ਡਿਵੈਲਪ ਹੋਈ ਔਰ ਉਹ ਐਡਵਰਟਾਈਜ਼ ਵੀ, ਫਿਰ ਛੋਟੀਆਂ ਦੁਕਾਨਾਂ ਵੀ ਹੌਲੀ ਹੌਲੀ ਖੁੱਲ੍ਹ ਗਈਆਂ, ਜਿਵੇਂ ਅੱਜ ਕੱਲ੍ਹ ਹੁੰਦਾ ਆ ਕਿ ਛੋਟੀ ਦੁਕਾਨਾਂ 'ਚ ਵੀ ਉਹ ਕਹਿ ਲਓ ਕਾਪੀ ਕਰਕੇ ਜਾਂ ਸਿਮਿਲਰ ਚੀਜ਼ਾਂ ਵੇਚਣੀਆਂ ਵਿਕਣੀਆਂ ਸ਼ੁਰੂ ਹੋ ਗਈਆਂ। ਔਰ ਜਿਹੜੀਆਂ ਮੈਂ ਐਡਵਰਟਿਜ਼ਮੈਂਟਸ ਦਿੱਤੇ ਆ ਟ੍ਰਿਬਿਊਨ ਤੋਂ ਲਏ ਹੋਏ ਆ, ਉਹ ਛੋਟੀਆਂ ਦੁਕਾਨਾਂ ਦੇ ਹੀ ਐਡਵਰਟਿਜ਼ਮੈਂਟਸ ਹੈ ਜਿਹੜੀਆਂ ਉਹ ਫਰਕ ਕੱਪੜੇ ਵੇਚਦੇ ਸੀਗੇ।